ਪੰਜਾਬ ਵਿੱਚ ਲੁੱਟਖੋਹ ਦਾ ਮਾਮਲਾ ਹੁਣ ਇੱਕ ਹਰ ਰੋਜ਼ ਦੀ ਗੱਲ ਬਣ ਚੁੱਕੀ ਹੈ। ਪਿਸਤੌਲ ਦੀ ਨੋਕ ਤੇ ਲੁੱਟਣਾ ਆਮ ਹੋ ਚੁੱਕਾ ਹੈ। ਲਗਾਤਾਰ ਅੰਮ੍ਰਿਤਸਰ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਵਿੱਚ ਬੰਦੂਕ ਦੀ ਨੋਕ ਤੇ ਵਪਾਰੀਆਂ ਨੂੰ ਲੁੱਟਿਆ ਜਾ ਰਿਹਾ ਹੈ। ਅਜਿਹਾ ਇੱਕ ਹੋਰ ਮਾਮਲਾ ਈਸਟ ਮੋਹਨ ਨਗਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ 4 ਵਿਅਕਤੀਆਂ ਵੱਲੋਂ ਲੋਹੇ ਦੇ ਇੱਕ ਵਪਾਰੀ ਰਿਸ਼ਵ ਅਗਰਵਾਲ ਨੂੰ ਲੁੱਟਿਆ ਗਿਆ। ਪਹਿਲਾਂ ਤਾਂ 4 ਵਿਅਕਤੀ ਉਸ ਦੇ ਦਫ਼ਤਰ ਵਿੱਚ ਦਾਖਲ ਹੋਏ ਅਤੇ ਫਿਰ ਵਪਾਰੀ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਦੇ ਪੱਥਰ ਦੇ ਕੱਲੇ ਵਿੱਚੋਂ 40,000 ਦੇ ਕਰੀਬ ਪੈਸੇ ਲੈ ਕੇ ਫਰਾਰ ਹੋ ਗਏ। ਮੈਂ ਦੁਕਾਨ 'ਤੇ 3:30 ਵਜੇ ਦੀ ਗੱਲ ਹੈ ਜੀ, ਕੱਲ੍ਹ ਬੈਠਾ ਹੋਇਆ ਸੀ ਅਤੇ 4 ਬੰਦੇ ਆ ਗਏ ਦਫ਼ਤਰ ਮੇਰੇ। ਪਹਿਲਾਂ ਤਾਂ ਮੈਨੂੰ ਮੇਰੇ ਨਾਲ ਕੁੱਟਮਾਰ ਕਰਨ ਲੱਗ ਗਏ ਅਤੇ ਫਿਰ ਮੇਰੇ ਤੋਂ ਪੇਮੈਂਟ ਲੈ ਜਿਹੜੀ ਪਈ ਸੀ ਮੇਰੇ ਗੱਲੇ 'ਚ ਉਹ ਲੈ ਗਏ ਅਤੇ ਜਾਣ ਲੱਗਿਆ ਪਿਸਤੌਲ ਉਹਨਾਂ ਦੇ ਹੱਥ ਵਿੱਚ ਹੈਗੀ ਸੀ ਅਤੇ ਜਾਣ ਅਤੇ 2 ਬੰਦਿਆਂ ਕੋਲ ਪਿਸਤੌਲ ਸੀ। ਟੋਟਲ 4 ਬੰਦੇ ਆਏ ਸੀ ਅੰਦਰ ਜੀ। ਟੋਟਲ 6 ਬੰਦੇ 2 ਵਾਰ ਮੋਟਰਸਾਈਕਲ 'ਤੇ ਐਕਟਿਵਾ 'ਤੇ ਖੜ੍ਹੇ ਕਿਸ ਵਹੀਕਲ 'ਤੇ? ਮੋਟਰਸਾਈਕਲ 'ਤੇ ਅਤੇ ਐਕਟਿਵਾ 'ਤੇ ਸੀ। ਕੋਈ ਸੀਸੀਟੀਵੀ ਫੁਟੇਜ ਸਮੇਂ? ਹਾਂ, ਸੀਸੀਟੀਵੀ ਫੁਟੇਜ ਆਈ ਹੈ, ਦਿੱਤੀ ਹੋਈ ਹੈ। ਕਿਸ ਕਿਸ ਚੀਜ਼ ਦੀ ਖੋ ਹੋਈ? ਮੇਰੇ ਤੋਂ ਜੀ ਕੈਸ਼ ਲੈ ਗਏ ਆ ਜੀ, ਮੇਰਾ ਕੜਾ ਸੀ ਉਹ ਲਵਾ ਕੇ ਲੈ ਗਏ ਆ। ਪਹਿਲਾਂ ਮੇਰੀ ਗੱਡੀ ਦੀ ਤਲਾਸ਼ੀ ਵੀ ਲਿੱਤੀ ਹੈ, ਗੱਡੀ ਖੜ੍ਹੀ ਸੀ ਅੰਦਰ ਅਤੇ ਗੱਡੀ ਦੀ ਚਾਬੀ ਨਾਲ ਲੈ ਗਏ ਆ। ਤਾਂ ਕੋਈ ਹੋਰ ਨੁਕਸਾਨ ਹੋਇਆ ਇਸ ਤੋਂ ਇਲਾਵਾ? ਮੈਂ ਜਾਣ ਲੱਗਿਆ ਧਮਕੀ ਵੀ ਦੇ ਗਏ ਆ ਜੀ, 5 ਲੱਖ ਰੁਪਏ ਸ਼ਾਮ ਤੱਕ ਦਿਓ ਜੀ, 2 ਮਰਜ਼ੀ ਕਰਕੇ। ਧਮਕੀ ਕਿਸ ਚੀਜ਼ ਦੀ? ਸ਼ਾਮ ਤੱਕ 5 ਲੱਖ ਰੁਪਏ ਫਰੋਤੀ ਦਿਓ ਜੀ, ਜੇ ਨਹੀਂ ਦਿੰਦੇ ਤਾਂ ਫਿਰ ਉਹਨਾਂ ਨੇ ਕੀ ਕਿਹਾ? ਗੋਲੀ ਮਾਰ ਦੇਗੀ। ਗੋਲੀ ਮਾਰਨ ਦੀ ਧਮਕੀ ਦਿੱਤੀ? ਤਾਂ ਕੀ ਪੁਲਿਸ ਦੀ ਰਿਸ਼ਵ ਅਗਰਵਾਲ ਨਾਂ ਦਾ ਜਿਹੜਾ ਇੱਕ ਵਪਾਰੀ ਆਪਣੀ ਦੁਕਾਨ 'ਤੇ ਬੈਠੇ ਸੀਗਾ ਅਤੇ ਕੋਈ ਕਰੀਬ 3:30-4 ਦੇ ਕਰੀਬ 4 ਨੌਜਵਾਨ ਉਹਦੇ ਜਿਹੜੇ ਆਫਿਸ ਆਉਂਦੇ ਨੇ ਉਹਦੇ ਨਾਲ ਕੁੱਟਮਾਰ ਕਰਕੇ ਅਤੇ 40,000 ਰੁਪਇਆ ਉਹਨੇ ਦੱਸਿਆ ਔਰ ਇੱਕ ਚਾਂਦੀ ਦਾ ਕੜਾ ਉਹਦੇ ਕੋਲੋਂ ਲੈ ਗਏ ਨੇ, ਜਿਹਦੇ ਅਸੀਂ ਮੁਕੱਦਮਾ ਨੰਬਰ 243 379B2 IPCPS ਥਾਣਾ ਬੀ ਡਿਵੀਜ਼ਨ ਦਰਜ ਰਜਿਸਟਰ ਕੀਤਾ ਔਰ ਮੁਕੱਦਮਾ ਦਰਜ ਕਰਕੇ ਸਾਡੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਜੀ ਔਰ ਬਹੁਤ ਜਲਦੀ ਅਸੀਂ 1-2 ਦਿਨ ਦੇ ਵਿੱਚ ਹੀ ਜਿਹੜਾ ਵਾ ਉਹ ਇਹ ਮੁਕੱਦਮਾ ਅਸੀਂ ਟਰੇਸ ਕਰ ਰਹੇ ਹਾਂ। ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਕੋਈ ਪਛਾਣ ਹੋਈ ਹੈ ਜਾਂ ਉਹਦੇ ਆਧਾਰ 'ਤੇ ਕੋਈ ਇਸ ਤਰ੍ਹਾਂ? ਕਾਫੀ ਕੁਛ ਆ ਜੀ, ਉਹ ਕੁਛ ਵੀ ਦੱਸਣਾ ਜਿਹੜਾ ਵਾ ਉਹ ਫਿਲਹਾਲ ਸਾਡੀ ਇਨਵੈਸਟੀਗੇਸ਼ਨ 'ਤੇ ਉਹਦਾ ਅਸਰ ਪਏਗਾ। ਕਾਫੀ ਕੁਛ ਆ, ਅਸੀਂ ਲੀਡ 'ਤੇ ਜਾ ਰਹੇ ਹਾਂ ਔਰ ਇਹ ਜਲਦੀ ਸਾਰਾ ਮਾਮਲਾ ਹੱਲ ਕਰ ਦਿੱਤਾ ਜਾਵੇਗਾ। ਸਿਲਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਟਰੂ ਸਕੂਪ।